ਮੈਂ ਪੁੱਛਣਾ ਸੀ ਇੱਕ ਪੋਸਟ ਪਾਈ ਤੁਸੀਂ ਜਸਟਿਨ ਬੀਬਰ ਦੀ ਉਹ ਕੀ ਸੋਚ ਕੇ ਪਾਈ ਸੀ ਪਹਿਲੇ ਕਮੈਂਟ ਕੀਤਾ ਸੀ ਕਿਸੇ ਨੇ ਐ ਹੋ ਗਿਆ ਉਹ ਠੀਕ ਹੋ ਗਿਆ ਸੀ ਉਦੋਂ ਜਦੋਂ ਮੈਂ ਪੋਸਟ ਪਾਈ ਸੀ ਵੈਸੇ ਉਹੀ ਗੱਲ ਆ ਕਿ ਉਹ ਦਵਾਈ ਵੀ ਆ ਉਹਨੂੰ ਗਲਤ ਨਾ ਸੋਚੋ ਦਵਾਈ ਵੀ ਆ ਤੁਸੀਂ ਐਂਟਰਟੇਨਮੈਂਟ ਸੋਸ਼ਲ ਮੀਡੀਆ ਤੇ ਵੀ ਬੜਾ ਦਿੰਦੇ ਹੋ ਇੱਕ ਮੈਂ ਪੁੱਛਣਾ ਸੀ ਇੱਕ ਪੋਸਟ ਪਾਈ ਤੁਸੀਂ ਜਸਟਿਨ ਬੀਬਰ ਦੀ ਉਹ ਕੀ ਸੋਚ ਕੇ ਪਾਈ ਸੀ ਯਾਰ ਇਹ ਸੋਚ ਕੇ ਨਹੀਂ ਬੋਲੇ ਨਾ ਕੁਝ ਬਿਨਾਂ ਸੋਚੇ ਪਾਈ ਸੀ ਇਹ ਤਾਂ ਐਂਟਰਟੇਨਮੈਂਟ ਕੇ ਲਈ ਕੁਝ ਵੀ ਕਰੇਗਾ ਨਾ ਉਹਨੇ ਥੱਲੇ ਕਮੈਂਟ ਕੀਤਾ ਸੀ ਕਿਸੇ ਨੇ ਐ ਹੋ ਗਿਆ ਉਹ ਠੀਕ ਹੋ ਗਿਆ ਸੀ ਉਦੋਂ ਜਦੋਂ ਮੈਂ ਪੋਸਟ ਪਾਈ ਸੀ ਵੈਸੇ ਬਹੁਤ ਉਹਦਾ ਉਹਦੇ ਮੈਨੂੰ ਮੈਂ ਪੜਿਆ ਕਿ ਉਹ ਠੀਕ ਹੋ ਗਿਆ ਹੁਣ ਉਹ ਤਾਂ ਮੈਂ ਉਹ ਵੈਸੇ ਹੀ ਦੱਸਿਆ ਵੈਸੇ ਆਪਾਂ ਇੱਕ ਸਲਾਹ ਦਿੱਤੀ ਸੀ ਸਲਾਹ ਦਿੱਤੀ ਸੀ ਇਦਾਂ ਵੀ ਹੋ ਜਾਂਦਾ ਹੁੰਦਾ ਉਹੀ ਗੱਲ ਆ ਕਿ ਉਹ ਦਵਾਈ ਵੀ ਆ ਉਹਨੂੰ ਗਲਤ ਨਾ ਸੋਚੋ ਦਵਾਈ ਵੀ ਆ ਇਦਾਂ ਦੀ ਪੋਸਟ ਪਾਈ ਸੀ ਤੁਸੀਂ ਐਂਟਰਟੇਨਮੈਂਟ ਸੋਸ਼ਲ ਮੀਡੀਆ ਤੇ ਵੀ ਬੜਾ ਦਿੰਦੇ ਹੋ ਇੱਕ ਮੈਂ ਪੁੱਛਣਾ ਸੀ ਇੱਕ ਪੋਸਟ ਪਾਈ ਤੁਸੀਂ ਜਸਟਿਨ ਬੀਬਰ ਦੀ ਉਹ ਕੀ ਸੋਚ ਕੇ ਪਾਈ ਸੀ ਯਾਰ ਇਹ ਸੋਚ ਕੇ ਨਹੀਂ ਬੋਲੇ ਨਾ ਕੁਝ ਬਿਨਾਂ ਸੋਚੇ ਪਾਈ ਸੀ ਇਹ ਤਾਂ ਐਂਟਰਟੇਨਮੈਂਟ ਕੇ ਲਈ ਕੁਝ ਵੀ ਕਰੇਗਾ ਨਾ ਉਹਨੇ ਥੱਲੇ ਕਮੈਂਟ ਕੀਤਾ ਸੀ ਕਿਸੇ ਨੇ ਐ ਹੋ ਗਿਆ ਉਹ ਠੀਕ ਹੋ ਗਿਆ ਸੀ ਉਦੋਂ ਜਦੋਂ ਮੈਂ ਪੋਸਟ ਪਾਈ ਸੀ ਵੈਸੇ ਬਹੁਤ ਉਹਦਾ ਉਹਦੇ ਮੈਨੂੰ ਮੈਂ ਪੜਿਆ ਕਿ ਉਹ ਠੀਕ ਹੋ ਗਿਆ ਹੁਣ ਉਹ ਤਾਂ ਮੈਂ ਉਹ ਵੈਸੇ ਹੀ ਦੱਸਿਆ ਵੈਸੇ ਆਪਾਂ ਇੱਕ ਸਲਾਹ ਦਿੱਤੀ ਸੀ ਸਲਾਹ ਦਿੱਤੀ ਸੀ ਇਦਾਂ ਵੀ ਹੋ ਜਾਂਦਾ ਹੁੰਦਾ ਉਹੀ ਗੱਲ ਆ ਕਿ ਉਹ ਦਵਾਈ ਵੀ ਆ ਉਹਨੂੰ ਗਲਤ ਨਾ ਸੋਚੋ ਦਵਾਈ ਵੀ ਆ ਇਦਾਂ ਦੀ ਪੋਸਟ ਪਾਈ ਸੀ ਤੁਸੀਂ ਐਂਟਰਟੇਨਮੈਂਟ ਸੋਸ਼ਲ ਮੀਡੀਆ ਤੇ ਵੀ ਬੜਾ ਦਿੰਦੇ ਹੋ ਇੱਕ ਮੈਂ ਪੁੱਛਣਾ ਸੀ ਇੱਕ ਪੋਸਟ ਪਾਈ ਤੁਸੀਂ ਜਸਟਿਨ ਬੀਬਰ ਦੀ ਉਹ ਕੀ ਸੋਚ ਕੇ ਪਾਈ ਸੀ ਯਾਰ ਸੋਚ ਕੇ ਨਹੀਂ ਬੋਲੇ ਨਾ ਕੁਝ ਬਿਨਾਂ ਸੋਚੇ ਪਾਈ ਸੀ ਇਹ ਤਾਂ ਐਂਟਰਟੇਨਮੈਂਟ ਕੇ ਲਈ ਕੁਝ ਵੀ ਕਰੇਗਾ ਨਾ ਉਹਨੇ ਥੱਲੇ ਕਮੈਂਟ ਕੀਤਾ ਸੀ ਕਿਸੇ ਨੇ ਐ ਹੋ ਗਿਆ ਉਹ ਠੀਕ ਹੋ ਗਿਆ ਸੀ ਉਦੋਂ ਜਦੋਂ ਮੈਂ ਪੋਸਟ ਪਾਈ ਸੀ ਵੈਸੇ ਬਹੁਤ ਉਹਦਾ ਉਹਦੇ ਮੈਨੂੰ ਮੈਂ ਪੜਿਆ ਕਿ ਉਹ ਠੀਕ ਹੋ ਗਿਆ ਹੁਣ ਉਹ ਤਾਂ ਮੈਂ ਉਹ ਵੈਸੇ ਹੀ ਦੱਸਿਆ ਵੈਸੇ ਆਪਾਂ ਇੱਕ ਸਲਾਹ ਦਿੱਤੀ ਸੀ ਸਲਾਹ ਦਿੱਤੀ ਸੀ ਇਦਾਂ ਵੀ ਹੋ ਜਾਂਦਾ ਹੁੰਦਾ ਉਹੀ ਗੱਲ ਆ ਕਿ ਉਹ ਦਵਾਈ ਵੀ ਆ ਉਹਨੂੰ ਗਲਤ ਨਾ ਸੋਚੋ ਦਵਾਈ ਵੀ ਆ ਇਦਾਂ ਦੀ ਪੋਸਟ ਪਾਈ ਸੀ ਬਾਬਾ ਯਮੀਨ ਬੰਗਾਲੀ ਗੋਲਡ ਮੈਡਲਿਸਟ ਤੁਹਾਡੇ ਸ਼ਹਿਰ ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ ਘਰ ਬੈਠੇ 11 ਮਿੰਟਾਂ ਚ 101% ਦੀ ਗਾਰੰਟੀ ਨਾਲ ਸਮਾਧਾਨ ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਬਰਕਤ ਔਲਾਦ ਕਹਿਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰਾਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚੰਦ ਬੰਦ ਜਾਦੂ ਟੋਣਾ ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ ਬਾਬਾ ਯਮੀਨ ਬੰਗਾਲੀ 96435032321